ਰੇਡੀਓ। ਹਾਂਜੀ, 1674 AM ਦੀਆਂ ਤਰੰਗਾਂ ਦੇ ਉੱਤੇ ਸਾਰੇ ਹੀ ਲਿਸਨਰ ਦਾ ਦੋਸਤੋ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਵਾਅਦੇ ਦੇ ਮੁਤਾਬਕ ਦੋਸਤੋ, ਜਿਸ ਤਰ੍ਹਾਂ ਤੁਹਾਡੇ ਨਾਲ ਕੀਤਾ ਸੀ ਕਿ ਅਰਨੋਲਡ ਕਲਾਸਿਕ ਜਿਹੜਾ ਕਿ ਵਿਸ਼ਵ ਦਾ ਮੇਰੇ ਮੁਤਾਬਕ ਜਿਹੜਾ, ਹਾਲਾਂਕਿ ਇਸ ਦੇ ਉੱਤੇ ਆਰਗੂਮੈਂਟ ਜ਼ਰੂਰ ਹੋ ਸਕਦੇ ਨੇ, ਪਰ ਮਿਸਟਰ ਓਲੰਪੀਆ ਤੋਂ ਬਾਅਦ ਜੇ ਕੋਈ ਵੱਡਾ ਕੰਪੀਟੀਸ਼ਨ ਅਸੀਂ ਵਰਲਡ ਲੈਵਲ 'ਤੇ ਦੇਖਦੇ ਹਾਂ ਜਿਸ ਦੇ ਵਿੱਚ ਪ੍ਰੋ ਲੈਵਲ ਦੇ ਜਿਹੜੇ ਬਾਡੀ ਬਿਲਡਰਸ ਨੇ ਉਹ ਹਿੱਸਾ ਲੈਂਦੇ ਨੇ, ਅਰਨੋਲਡ ਕਲਾਸਿਕ ਉਸ ਕੰਪੀਟੀਸ਼ਨ ਦਾ ਨਾਂ ਹੈ, ਔਰ ਉਸ ਕੰਪੀਟੀਸ਼ਨ ਦੇ ਵਿੱਚ ਮੈਡਲ ਜਿੱਤਣਾ ਆਪਣੇ ਆਪ ਦੇ ਵਿੱਚ ਇੱਕ ਮਾਣਮਤੀ ਸਫਲਤਾ ਹੈ ਜਿਹੜੀ ਉਹ ਜ਼ਰੂਰ ਕਹੀ ਜਾ ਸਕਦੀ ਹੈ। ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਵੀ ਗੱਲਬਾਤ ਕੀਤੀ ਹੈ, ਆਪਣੇ ਇਸੇ ਹੀ ਕੰਪੀਟੀਸ਼ਨ ਦੇ ਵਿੱਚ 70 KG ਕੈਟੇਗਰੀ ਦੇ ਵਿੱਚ ਅਸ਼ੋਕ ਕੁਮਾਰ ਨੇ ਜਿਹੜਾ ਸਿਲਵਰ ਮੈਡਲ ਜਿੱਤਿਆ। ਇਸੇ ਹੀ ਤਰ੍ਹਾਂ 90 KG ਜਿਹੜਾ ਵੇਟ ਵਰਗ ਹੈ ਜਾਂ ਕੈਟੇਗਰੀ ਹੈ, ਉਸ ਦੇ ਵਿੱਚ ਕਿਰਤ ਲਖਿਆਨ ਜਿਨ੍ਹਾਂ ਨੇ ਇਸ ਕੰਪੀਟੀਸ਼ਨ ਦੇ ਵਿੱਚ ਸਿਲਵਰ ਮੈਡਲ ਜਿੱਤਿਆ, ਉਹ ਸਾਡੇ ਨਾਲ ਸਟੂਡੀਓ ਦੇ ਵਿੱਚ ਸ਼ਾਮਲ ਨੇ। ਇਹਨਾਂ ਦੀਆਂ ਹੋਰ ਜਿਹੜੀਆਂ ਸਫਲਤਾਵਾਂ ਨੇ ਉਹ ਵੀ ਤੁਹਾਡੇ ਤੱਕ ਇਸੇ ਤਰ੍ਹਾਂ ਅਸੀਂ ਉਹਨਾਂ ਦੇ ਨਾਲ ਸਵਾਲ ਜਵਾਬ ਦੇ ਤਹਿਤ ਸ਼ੇਅਰ ਜ਼ਰੂਰ ਕਰਦੇ ਚੱਲਾਂਗੇ। ਵੈਲਕਮ ਟੂ ਦਾ ਸ਼ੋਅ ਭਾਜੀ। ਥੈਂਕ ਯੂ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਸਾਰਾ, ਬਹੁਤ ਬਹੁਤ ਸ਼ੁਕਰੀਆ ਭਾਜੀ। ਔਰ ਜਿਹੜਾ ਅਰਨੋਲਡ ਕਲਾਸਿਕ ਹੈ ਭਾਜੀ, ਇਹ ਪਿਛਲੀ ਵਾਰੀ ਵੀ ਮੇਰੇ ਖਿਆਲ ਦੇ ਵਿੱਚ ਤੁਸੀਂ ਇੱਥੋਂ ਮੈਡਲ ਜਿੱਤ ਕੇ ਗਏ ਸੀ, ਸੋ ਇਹ ਤੁਹਾਡਾ ਸੈਕਿੰਡ ਮੈਡਲ ਹੈ, ਔਰ ਗੇਨ ਵੀ ਕੀਤਾ ਸ਼ਾਇਦ ਪਿਛਲੀ ਵਾਰ ਬ੍ਰੋਂਜ਼ ਤੋਂ, ਇਸ ਵਾਰੀ ਤੁਸੀਂ ਰੰਗ ਬਦਲਿਆ ਅਤੇ ਅਗਲੀ ਵਾਰੀ ਫਿਰ ਇਸ ਤੋਂ ਵੀ ਜ਼ਿਆਦਾ ਬੈਟਰ ਕਰਨ ਦੀ ਪੂਰੀ ਕੋਸ਼ਿਸ਼ ਹੋਏਗੀ। ਭਾਜੀ, ਅਜੇ ਤੱਕ ਦਾ ਸਫ਼ਰ ਹੈ ਜਿਹੜਾ ਆਪਣੇ ਪਿਛੋਕੜ ਬਾਰੇ ਮੈਂ ਸਮਝਦਾ ਕਿ ਜ਼ਰੂਰ ਸਾਡੇ ਨਾਲ ਸਾਂਝਾ, ਕਿਉਂਕਿ ਪਹਿਲੀ ਵਾਰੀ ਸਾਂਝ ਹੈ ਸਾਡੀ ਰੇਡੀਓ ਹਾਂਜੀ ਦੇ ਉੱਤੇ, ਅਤੇ ਕਿਸ ਤਰ੍ਹਾਂ ਬੇਸਿਕਲੀ ਆਪਣਾ ਪਿਛੋਕੜ ਬਾਰੇ, ਆਪਣੇ ਪਰਿਵਾਰ ਬਾਰੇ ਜ਼ਰੂਰ ਸਾਡੇ ਨਾਲ ਜਾਣਕਾਰੀ ਸਾਂਝੀ ਕਰੋ। ਪਿੱਛੋਂ ਮੈਂ ਚੱਪੜਚਿੜੀ ਪਿੰਡ ਹਾਂ ਜੀ ਮੇਰਾ। ਅੱਛਾ, ਹਾਂਜੀ ਹਾਂਜੀ, ਕਿਆ ਬਾਤ ਹੈ। ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਅਤੇ ਮੇਰੇ ਪੜਦਾਦਾ ਜੀ ਵਰਲਡ ਵਾਰ ਫਸਟ ਸੀਗੇ, ਮਾਨ ਸਿੰਘ। ਅੱਛਾ, ਹਾਂਜੀ, ਅਤੇ ਤੁਸੀਂ ਸੁਣਿਆ ਹੋਣਾ ਆਪਣੇ ਇੰਡੀਆ ਦੇ PM ਨਰਿੰਦਰ ਮੋਦੀ ਜੀ ਵੀ ਆਏ ਸੀਗੇ ਇੱਥੇ, ਉਹਨਾਂ ਨੇ ਇੱਕ ਟਰੋਫੀ ਦਿੱਤੀ ਸੀਗੀ ਇੱਥੇ ਦੇ ਪ੍ਰੈਜੀਡੈਂਟ ਨੂੰ, ਮਾਨ ਸਿੰਘ ਟਰੋਫੀ ਸੀਗੀ, ਉਹਨਾਂ ਦੇ ਨਾਂ 'ਤੇ ਹੀ ਸੀਗੀ। ਕਿਆ ਬਾਤ ਹੈ, ਪੜਦਾਦਾ ਜੀ ਦੇ ਨਾਂ 'ਤੇ ਸੀਗੀ। ਮਾਣ ਮਹਿਸੂਸ ਹੁੰਦਾ ਭਾਅ ਜੀ ਬੇਸਿਕਲੀ, ਜਦੋਂ ਇਹੋ ਜਿਹੀਆਂ ਮਾਣਮਤੀਆਂ ਸ਼ਖਸੀਅਤਾਂ, ਖਾਸ ਤੌਰ 'ਤੇ ਆਪਣੇ ਬਜ਼ੁਰਗਾਂ ਦੀਆਂ ਉਹਨਾਂ ਸਫਲਤਾਵਾਂ ਨੂੰ ਅਸੀਂ ਇੰਡੋਰਸ ਹੁੰਦਾ ਦੇਖਦੇ ਹਾਂ, ਸੋ ਬਹੁਤ ਚੰਗੀ ਗੱਲ। ਅੱਗੇ ਭਾਅ ਜੀ, ਅਤੇ ਮੈਂ ਸ਼ੁਰੂ ਬੋਡੀ ਬਿਲਡਿੰਗ 2011 'ਚ ਕੀਤੀ ਸੀਗੀ। ਹਾਂਜੀ ਹਾਂਜੀ, ਮੇਰਾ ਪਹਿਲਾ ਕੰਪੀਟੀਸ਼ਨ ਸੀਗਾ ਜੂਨੀਅਰ ਮਿਸਟਰ ਚੰਡੀਗੜ੍ਹ, ਉਹ ਮੈਂ ਓਵਰਆਲ ਜਿੱਤਿਆ ਸੀਗਾ। ਅੱਛਾ, ਉਸ ਤੋਂ ਬਾਅਦ ਫਿਰ ਪੰਜਾਬ ਜਿੱਤਿਆ, ਅਤੇ 2 ਵਾਰ ਮੈਂ ਮਿਸਟਰ ਇੰਡੀਆ ਰਹਿ ਚੁੱਕਿਆ ਹਾਂ। ਹੁਣੇ ਰੀਸੈਂਟਲੀ ਜਿਹੜੇ ਮੈਂ 2019 'ਚ ਖੇਡਿਆ ਕੰਪੀਟੀਸ਼ਨ, ਉਹ ਪ੍ਰੋ ਕੁਆਲੀਫਾਇਰ ਸੀਗਾ IFBB ਦਾ, ਮਤਲਬ ਇਟਸ ਅ ਵਰਲਡ ਲੈਵਲ ਚੈਂਪੀਅਨਸ਼ਿਪ, ਉਹਦੇ 'ਚ ਮੇਰਾ ਸਿਲਵਰ ਸੀਗਾ, ਬੈਂਗਲੋਰ 'ਚ ਸੀਗਾ ਉਹ। ਉੱਥੇ ਵੀ ਪੂਰੇ ਕੰਟਰੀਜ਼ 'ਚੋਂ ਆਏ ਹੋਏ ਸੀਗੇ ਐਥਲੀਟਸ ਪਾਰਟੀਸਪੇਟ ਕਰਨ ਜੀ। ਅਤੇ ਉਸ ਤੋਂ ਬਾਅਦ ਮੈਂ ਇੱਕ ਏਵਨ ਕਲਾਸਿਕ ਜਿੱਤਿਆ ਆ ਕੱਪ ਮਿਸਟਰ ਇੰਡੀਆ ਜੀ, ਉਹ ਵੀ ਮੈਂ ਓਵਰਆਲ ਰਿਹਾ ਹਾਂ ਜੀ, ਅਤੇ ਹੁਣ ਇੱਥੇ ਆਸਟ੍ਰੇਲੀਆ 'ਚ ਅਰਨੋਲਡ ਕਲਾਸਿਕ 'ਚ ਸਿਲਵਰ ਮੈਡਲ। ਅਤੇ ਪਿਛਲੇ ਸਾਲ ਤੁਹਾਡਾ ਇੱਥੇ ਬ੍ਰੌਨਜ਼ ਸੀ? ਇੱਥੇ ਬ੍ਰੌਨਜ਼ ਸੀਗਾ ਹਾਂਜੀ। ਕੀ ਭਾਜੀ ਬੇਸਿਕਲੀ ਅਰਨੋਲਡ ਕਲਾਸਿਕ ਇੱਕ ਇਹੋ ਜਿਹਾ, ਮੈਂ ਸਮਝਦਾ ਕਿ ਬ੍ਰੈਂਡ ਬੋਡੀ ਬਿਲਡਿੰਗ ਦੇ ਵਿੱਚ ਅਸਟੈਬਲਿਸ਼ ਹੋਇਆ, ਜਿਸ ਨੇ ਬਹੁਤ ਘੱਟ ਸਮੇਂ ਦੇ ਵਿੱਚ ਮੈਂ ਸਮਝਦਾ ਕਿ ਬਹੁਤ ਵੱਡੇ ਲੈਵਲ ਦੇ ਉੱਤੇ ਨਾਮ ਹੈ ਜਿਹੜਾ ਉਹ ਬਣਾਇਆ, ਹਾਲਾਂਕਿ ਅਰਨੋਲਡ ਦਾ ਪਹਿਲਾਂ ਹੀ ਜਿਹੜਾ ਰੈਕੋਗਨੀਸ਼ਨ ਸੀ ਉਹ ਤਾਂ ਸੀਗੀ, ਬਟ ਕੰਪੀਟੀਸ਼ਨ ਇਟਸੈਲਫ ਅਸਟੈਬਲਿਸ਼ ਕਰਨਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਵਰਲਡਵਾਈਡ ਇੱਕ ਚੈਲੇਂਜ ਰਹਿੰਦਾ, ਔਰ ਉਹਨਾਂ ਨੇ ਜਿਸ ਤਰ੍ਹਾਂ ਕਰਕੇ, ਔਰ ਜਿਸ ਤਰ੍ਹਾਂ ਪ੍ਰੋ ਲੈਵਲ ਦੇ ਜਿਸ ਤਰ੍ਹਾਂ ਬੋਡੀ ਬਿਲਡਰਸ ਨੇ ਇਸ ਦੇ ਵਿੱਚ ਪਾਰਟੀਸਪੇਟ ਕਰਦੇ ਨੇ, ਕਿਵੇਂ ਦਾ ਤੁਹਾਨੂੰ ਲੱਗਾ ਸੀ ਪਿਛਲੀ ਵਾਰ ਦਾ ਜਿਹੜਾ ਐਕਸਪੀਰੀਅੰਸ ਸੀਗਾ, ਫਸਟ ਟਾਈਮ ਸੀਗੇ ਤੁਸੀਂ ਮੈਡਲ ਵਿਨਰ, ਅਤੇ ਇਸ ਵਾਰੀ ਉਸ ਬ੍ਰੌਂਜ਼ ਮੈਡਲ ਨੂੰ ਤੁਸੀਂ ਸਿਲਵਰ ਮੈਡਲ ਦੇ ਵਿੱਚ ਤਬਦੀਲ ਕੀਤਾ, ਕੀ ਫਰਕ ਲੱਗਦਾ ਤੁਹਾਨੂੰ ਇਸ ਕੰਪੀਟੀਸ਼ਨ ਦਾ ਵਰਲਡ ਵਾਈਡ ਜੇ ਆਪਾਂ ਗੱਲ ਕਰਦੇ ਹਾਂ ਤਾਂ? ਪਿਛਲੇ ਸਾਲ ਨਾਲੋਂ ਇਹ ਕੰਪੀਟੀਸ਼ਨ ਥੋੜ੍ਹਾ ਜਿਹਾ ਟਫ ਸੀਗਾ, ਇਸ ਵਾਰ ਲੈਵਲ ਅਪ ਸੀਗਾ। ਓਕੇ, ਪਰ ਮੈਂ ਵੀ ਪੂਰੀ ਮਿਹਨਤ ਕਰਕੇ ਆਇਆ ਸੀ, ਮੇਰਾ ਵੀ ਲੈਵਲ ਅਪ ਸੀਗਾ। ਹਾਂਜੀ ਹਾਂਜੀ, ਅਤੇ ਬਹੁਤ ਵਧੀਆ ਲੱਗਿਆ ਜੀ ਇੱਥੇ, ਮਤਲਬ ਕਾਫੀ ਐਥਲੀਟਸ ਬਹੁਤ ਵਧੀਆ ਤਿਆਰੀ ਕਰਕੇ ਆਏ ਆ, ਜੋ ਪਿਛਲੇ ਸਾਲ ਸੀਗੇ ਸਾਰੇ ਹੀ ਚੇਂਜ ਹੋ ਕੇ ਆਏ ਸੀਗੇ ਇਸ ਵਾਰ। ਅੱਛਾ, ਹਾਂਜੀ, ਮਤਲਬ ਸਾਰਿਆਂ ਨੇ ਵਧੀਆ ਤਿਆਰੀ ਕੀਤੀ, ਵਧੀਆ ਸੀਗਾ ਕੰਪੀਟੀਸ਼ਨ, ਟਫ ਸੀਗਾ ਜੀ। ਅੱਛਾ ਭਾਅ ਜੀ, ਇਹਦੇ ਨਾਲ ਬੇਸਿਕਲੀ ਜਦੋਂ ਆਪਾਂ, ਤੁਸੀਂ ਕਹਿੰਦੇ 2011 ਦੇ ਵਿੱਚ ਤੁਸੀਂ ਬੋਡੀ ਬਿਲਡਿੰਗ ਸਟਾਰਟ ਕੀਤੀ ਹੈ, 2011 ਤੋਂ ਲੈ ਕੇ ਜੇ ਹੁਣ ਤੱਕ ਦੇਖੀਏ ਤਾਂ 8 ਸਾਲ ਦਾ ਸਮਾਂ ਜਿਹੜਾ ਉਹ ਬਣਦਾ, ਸੋ ਉਸ ਤੋਂ ਜਿਹੜੀ ਉਹ ਟ੍ਰਾਂਜੀਸ਼ਨ ਹੈ ਜਿਹੜੀ ਤੁਹਾਡੀ ਕਿਵੇਂ ਹੋਈ ਹੈ ਬੇਸਿਕਲੀ 2011, ਜੇ ਆਪਾਂ ਹੁਣ ਏਜ ਦੀ ਤੁਹਾਡੀ ਦੀ ਗੱਲ ਕਰੀਏ ਤਾਂ ਕੋਈ ਇੰਨੀ ਜ਼ਿਆਦਾ ਏਜ ਨਹੀਂ ਹੈਗੀ ਕਿ, ਪਰ ਉਹ ਬੋਡੀ ਬਿਲਡਿੰਗ ਨੂੰ ਤੁਸੀਂ ਅਡੋਪਟ ਕਿਵੇਂ ਕੀਤਾ? ਦੇਖੋ ਜੀ, ਮੈਂ ਸਟਾਰਟ ਤਾਂ ਕਾਫੀ ਪਹਿਲਾਂ ਕਰ ਚੁੱਕਿਆ, ਮੈਨੂੰ ਸ਼ੌਂਕ ਤਾਂ ਕਾਫੀ ਪਹਿਲਾਂ ਪੈ ਗਿਆ ਸੀ, ਲਾਈਕ 2007-08 ਦੇ ਵਿੱਚ, ਅਤੇ ਸਕੂਲ ਟਾਈਮ 'ਤੇ ਹੀ ਮੈਂ ਥੋੜ੍ਹਾ ਮਤਲਬ ਜਿਮ ਵਾਲੇ ਪਾਸੇ ਚਲਾ ਗਿਆ ਸੀ, ਵਰਕਆਊਟ ਮਤਲਬ ਸਟਾਰਟ ਕਰਤਾ ਸੀਗਾ, ਵਧੀਆ ਖਾਣਾ ਪੀਣਾ ਸ਼ੁਰੂ ਕਰਤਾ ਸੀਗਾ। ਅੱਛਾ, ਪਰ ਉਸ ਤੋਂ ਬਾਅਦ ਮੇਰੀ ਬੋਡੀ ਮਤਲਬ ਰਿਸਪੋਂਸ ਵਧੀਆ ਕਰ ਰਹੀ ਸੀ, ਤਾਂ ਫਿਰ ਮੈਂ ਇਹ ਮਤਲਬ ਲਾਈਨ ਚੁਣਨ ਦੀ ਮੈਂ ਸੋਚੀ ਵੀ ਆਪਾਂ ਇਹ ਲਾਈਨ 'ਚ ਵਧੀਆ ਹੋ ਸਕਦੇ ਹੋ, ਬਾਕੀ ਮੇਰੇ ਕੋਚ ਦੀ ਬਹੁਤ ਆਈ ਐਮ ਰੀਲੀ ਹੈਲਪਫੁਲ, ਗ੍ਰੇਟਫੁਲ ਟੂ ਹੈਵ ਗੁੱਡ ਕੋਚ, ਉਹਨਾਂ ਦਾ ਨਾਮ ਅਵਨੀਤ ਸ਼ਰਮਾ ਆ, ਅਤੇ ਉਹ ਲੁਧਿਆਣੇ ਨੂੰ ਬਿਲੋਂਗ ਕਰਦੇ ਹਾਂ। ਓਕੇ,
ਤੇ ਉਹ ਉਹਨਾਂ ਨੇ ਮੈਨੂੰ ਬਹੁਤ ਮਤਲਬ ਬਹੁਤ ਵਧੀਆ ਬਹੁਤ ਚੇਂਜਿਸ ਲੈ ਕੇ ਆਏ ਮੇਰੇ ਦੇ ਵਿੱਚ ਉਹ। ਅੱਛਾ ਹਾਂਜੀ ਅੱਛਾ, ਅਤੇ ਸ਼ੁਰੂ ਦੇ ਵਿੱਚ ਜਿੱਦਾਂ ਤੁਸੀਂ ਕਿਹਾ 2007-8 ਦੇ ਵਿੱਚ ਤੁਸੀਂ ਬੇਸਿਕਲੀ ਜਿਹੜਾ ਵਰਕਆਊਟ ਹੈ ਜਿਵੇਂ ਦੇ ਵਿੱਚ ਸ਼ੁਰੂ ਕਰ ਦਿੱਤਾ ਸੀਗਾ, ਬਟ ਉਸ ਵਰਕਆਊਟ ਦੇ ਲੈ ਕੇ 2007-8 ਤੋਂ ਲੈ ਕੇ 2011 ਤੱਕ, ਹਾਂਜੀ, ਤੁਹਾਨੂੰ ਲੱਗਦਾ ਸੀ ਕਿ ਹਾਂ ਤੁਸੀਂ ਪ੍ਰੋਫੈਸ਼ਨਲੀ ਜਿਹੜਾ ਬੋਡੀ ਬਿਲਡਿੰਗ ਨੂੰ ਅਡੋਪਟ ਕਰੋਗੇ ਜਾਂ ਕੋਈ ਤੁਹਾਡੇ ਕਿਸੇ ਜਿੱਦਾਂ ਗੁਰੂ ਜੀ ਦਾ ਤੁਸੀਂ ਨਾਮ ਲਿਆ, ਹਾਂਜੀ, ਉਹਨਾਂ ਦੇ ਆਉਣ ਦੇ ਨਾਲ ਹੀ ਉਹ ਫੈਕਟਰ ਚੇਂਜ ਹੋਇਆ? ਨਹੀਂ ਦੇਖੋ, ਮੇਨ ਮੈਂ ਇੱਕ ਕੋਚ ਹੀ ਦੇਖ ਰਿਹਾ ਸੀਗਾ ਵੀ, ਕਿਉਂਕਿ ਬੋਡੀ ਬਿਲਡਿੰਗ ਦੇ ਵਿੱਚ ਕੋਚ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਟਸ ਅ ਵੈਰੀ ਕੈਲਕੂਲੇਟਿੰਗ ਗੇਮ, ਹਾਂਜੀ, ਤਾਂ ਤੁਹਾਨੂੰ ਇੱਕ ਗਾਈਡੈਂਸ ਦੀ ਲੋੜ ਜ਼ਰੂਰ ਪੈਂਦੀ ਆ, ਅਤੇ ਮੈਨੂੰ ਉਹ ਮਿਲੇ ਅਤੇ ਉਸ ਤੋਂ ਬਾਅਦ ਮੈਂ ਉਹਨਾਂ ਨਾਲ ਇੱਕ ਸਾਲ ਮਤਲਬ ਟ੍ਰੇਨਿੰਗ ਕੀਤੀ, ਸ਼ੁਰੂ ਕੀਤੀ, ਤਾਂ ਮੇਰੇ 'ਚ ਕਾਫੀ ਫਰਕ ਮੈਨੂੰ ਲੱਗਿਆ, ਬੋਡੀ 'ਚ ਕਾਫੀ ਫਰਕ ਆ ਰਿਹਾ ਹੈ, ਮੈਂ ਚੇਂਜਿਸ ਆ ਰਹੀਆਂ ਹੈ, ਤਾਂ ਫਿਰ ਮੈਂ ਉਹਨਾਂ ਦੇ ਮਤਲਬ ਗਾਈਡਲਾਈਨਸ ਦੇ ਅੰਦਰ ਚੱਲਦਾ ਰਿਹਾ, ਤਾਂ ਰਿਜ਼ਲਟ ਥੋੜ੍ਹੇ ਸਾਹਮਣੇ ਆਏ ਜੀ। ਹਾਂਜੀ, ਅੱਛਾ ਭਾਅ ਜੀ, ਇਹਦੇ ਵਿੱਚ ਜਿਹੜੀ ਜਦੋਂ ਆਪਾਂ ਟ੍ਰਾਂਜੀਸ਼ਨ ਦੇਖਦੇ ਹਾਂ ਖਾਸ ਤੌਰ 'ਤੇ ਬੋਡੀ ਬਿਲਡਿੰਗ ਦੇ ਵਿੱਚ, ਮੈਂ ਭਾਅ ਜੀ ਨੂੰ ਵੀ ਇਹ ਸਵਾਲ ਕੀਤਾ ਸੀ ਕਿ ਡਾਇਟ ਇੱਕ ਵੱਡਾ ਫੈਕਟਰ ਹੈ, ਬਿਲਕੁਲ, ਔਰ ਹਰ ਇੱਕ ਬੋਡੀ ਬਿਲਡਰ ਤੋਂ ਅਸੀਂ ਇਹ ਜ਼ਰੂਰ ਜਿਹੜਾ ਸੁਣ ਲਈਦਾ ਕਿ ਹਾਂਜੀ ਤਕਰੀਬਨ ਡਾਇਟ ਦੀ ਹੀ ਗੇਮ ਹੈ ਜਾਂ ਪਰਹੇਜ਼ ਦੀ ਗੇਮ ਹੈ, ਹਾਂਜੀ, ਪਰ ਕਿ ਇਹ ਵੇਟ ਟੂ ਵੇਟ ਡਿਫਰੈਂਟ ਕਰਦਾ ਜਾਂ ਇਹ ਗੇਮ ਵਾਸਤੇ ਸੇਮ ਹੀ ਰਹਿੰਦਾ? ਹਾਂਜੀ, ਜਿਵੇਂ ਇਹ ਆਪਣੇ ਬੋਡੀ ਦੇ ਵੇਟ ਦੇ ਹਿਸਾਬ ਨਾਲ ਆਪਾਂ ਕੈਲਰੀਜ਼ ਇਨਟੇਕ ਰੱਖਦੇ ਹਾਂ, ਠੀਕ ਹੈ, ਜਿੰਨਾ ਮਤਲਬ ਜ਼ਿਆਦਾ ਵੇਟ ਹੋਏਗਾ ਉਨੀ ਆਪਾਂ ਨੂੰ ਜ਼ਿਆਦਾ ਕੈਲਰੀਜ਼ ਲੈਣੀਆਂ ਪੈਣੀਆਂ, ਮੁੱਛਾਂ ਵਾਸਤੇ ਕੈਲਰੀਜ਼ ਅਲੱਗ ਨੇ ਇਹਨਾਂ ਲਈ ਅਲੱਗ ਨੇ, ਹਾਂਜੀ, ਔਰ ਲਿਸਨਰ ਜਿਹੜੇ ਸਾਨੂੰ ਦੋਸਤ ਨਹੀਂ ਦੇਖ ਪਾ ਰਹੇ ਉਹਨਾਂ ਵਾਸਤੇ ਦੱਸਦੇ ਹਾਂ, ਭਾਅ ਜੀ ਦੀ ਮੁੱਛ 'ਤੇ ਮੈਂ ਨਿੰਬੂ ਨਹੀਂ ਕਹੂੰਗਾ, ਪੂਰਾ ਡੋਲਾ ਟਿਕਦਾ। ਥੈਂਕ ਯੂ ਜੀ। ਮੁੱਛਾਂ ਦੇ ਵੀ ਬਾਈਸੈਪ ਬਣਾਏ ਹੋਏ ਨੇ ਭਾਅ ਜੀ ਉਹਨਾਂ ਨੇ, ਬਹੁਤ ਖੂਬ ਕਿਰਤ। ਭਾਅ ਜੀ, ਭਾਅ ਜੀ ਜਿੱਦਾਂ ਤੁਸੀਂ ਇਨਟੇਕ ਦੀ ਗੱਲ ਕੀਤੀ ਹੈ ਜਦੋਂ ਕੈਲਰੀਜ਼ ਇਨਟੇਕ ਕਰਦੇ ਹਾਂ, ਬਟ ਵੇਟ ਮੈਨੇਜਮੈਂਟ ਹੈ ਜਿਹੜਾ ਉਹ ਜਿਹੜਾ ਕੰਪੀਟੀਸ਼ਨ ਤੋਂ ਪਹਿਲਾਂ ਅਤੇ ਕੰਪੀਟੀਸ਼ਨ ਤੋਂ ਕਾਫੀ ਪਹਿਲਾਂ ਅਤੇ ਕੰਪੀਟੀਸ਼ਨ ਤੋਂ ਠੀਕ ਪਹਿਲਾਂ? ਨਹੀਂ, ਜਿਵੇਂ ਤੁਹਾਨੂੰ ਇੱਕ ਵੇਟ ਸੈੱਟ ਕਰਨਾ ਪੈਂਦਾ ਆਪਣੀ ਕੈਟਾਗਰੀ 'ਚ, ਤੁਹਾਨੂੰ ਪਹਿਲਾਂ ਡਿਸਾਈਡ ਕਰਨਾ ਪੈਂਦਾ ਵੀ ਤੁਸੀਂ ਕਿਹੜੀ ਕੈਟਾਗਰੀ 'ਚ ਖੇਡਣਾ ਚਾਹੁੰਦੇ ਹੋ, ਹਾਂਜੀ, ਅਤੇ ਫਿਰ ਉਸ ਕੈਟਾਗਰੀ ਦੇ ਹਿਸਾਬ ਨਾਲ ਤੁਹਾਨੂੰ ਆਪਣਾ ਵੇਟ ਸੈੱਟ ਕਰਨਾ ਪੈਂਦਾ, ਆਪਣੇ ਡਾਇਟ ਸੈੱਟ ਕਰਨੀ ਪੈਂਦੀ, ਕੈਲਰੀਜ਼ ਇਨਟੇਕ ਸੈੱਟ ਕਰਨੀ ਪੈਂਦੀਆਂ, ਹਾਂਜੀ, ਤਾਂ ਕਿ ਮੇਰਾ ਉੱਥੇ ਕੀ ਰਹੇ ਵੇਟ ਅਤੇ ਅੱਗੇ ਪਿੱਛੇ ਨਾ ਹੋਵੇ। ਹਾਂਜੀ ਹਾਂਜੀ, ਅਤੇ ਕਿਵੇਂ ਭਾਅ ਜੀ ਬੇਸਿਕਲੀ ਜਦੋਂ ਆਪਾਂ ਪ੍ਰੀ ਕੰਪੀਟੀਸ਼ਨ ਦੀ ਗੱਲ ਕਰਦੇ ਹਾਂ, ਇਹ ਵੀ ਬੋਡੀ ਬਿਲਡਿੰਗ ਦੇ ਵਿੱਚ ਜ਼ਰੂਰ ਹੈ, ਜੇ ਕੰਪੀਟੀਸ਼ਨ 4-6 ਮਹੀਨੇ ਦੂਰ ਹੈ, ਹਾਂਜੀ, ਤਾਂ ਬੋਡੀ ਬਿਲਡਰਸ ਅਕਸਰ ਵੇਟ ਹੈ ਜਿਹੜਾ ਉਹ ਪੁੱਟ ਔਨ ਕਰਦੇ ਆ, ਬਿਲਕੁਲ, ਤਾਂ ਕਿ ਮਸਲਸ ਨੇ ਜਿਹੜੇ ਕੰਪੀਟੀਸ਼ਨ ਤੋਂ ਪਹਿਲਾਂ ਜਦੋਂ ਵਰਕਆਊਟ ਉਹਨਾਂ ਨੂੰ ਹਾਰਡ ਲਿਆ ਕੇ ਉਹਨਾਂ ਨੂੰ ਸ਼ੇਪ ਅਪ ਬੈਟਰ ਕੀਤਾ ਜਾ ਸਕੇ। ਕਿੰਨਾ ਕੁ ਵੇਟ ਜਿੱਦਾਂ ਤੁਸੀਂ 90 ਕੈਟੇਗਰੀ ਦੇ ਵਿੱਚੋਂ ਕਿੰਨਾ ਕੁ ਵੇਟ ਹੈ ਜਿਹੜਾ ਉਹ ਪੁੱਟ ਅਪ ਕਰਦੇ ਹੋ ਤੁਸੀਂ ਉਸ ਤੋਂ? ਮੇਰਾ ਲਾਈਕ ਆਫ ਸੀਜ਼ਨ ਵੇਟ 100 ਤੱਕ ਚਲਾ ਜਾਂਦਾ ਹੈ ਮੇਰਾ। ਅੱਛਾ, ਹਾਂਜੀ, ਸੋ ਆਫ ਸੀਜ਼ਨ ਮਤਲਬ ਮੈਂ ਸਰਲ ਭਾਸ਼ਾ ਦੇ ਵਿੱਚ ਕਹਿ ਦਾਂ ਦੋਸਤੋ, ਜਦੋਂ ਛਮਾਹੀ ਹੈ ਜਿਹੜਾ ਵੇਟ ਘੱਟ ਕਰਦੇ ਨੇ, ਸੋ 100 ਤੋਂ ਫਿਰ ਤੁਸੀਂ 90 ਕੇਜੀ ਵੱਲ ਲੈ ਕੇ ਆਉਂਦੇ ਨੇ, ਉਹਦੇ ਵਿੱਚ ਕਾਰਬਸ ਵਗੈਰਾ ਜਿਹੜੀ ਕਾਰਬਸ ਵਗੈਰਾ ਪੂਰੇ ਮੈਨੇਜ ਹੁੰਦੇ ਆ ਉਸ ਆਪਣੇ, ਜਿਵੇਂ ਮੈਂ 5 ਮੀਲਸ ਲੈਂਦਾ ਦਿਨ ਦੀਆਂ। ਅੱਛਾ ਜੀ, ਵੀ ਕਿੰਨੇ ਮੀਲਸ ਕਾਰਬਸ ਰੱਖਣੇ ਆ, ਕਿੰਨੇ ਕੱਟ ਆਫ ਕਰਨੇ ਆ ਕਾਰਬਸ। ਅੱਛਾ, ਇਹਦੇ ਵਿੱਚ ਇਹ ਵੀ ਆ ਵੀ ਗੁੱਡ ਕਾਰਬਸ ਐਂਡ ਬੈਡ ਕਾਰਬਸ ਜਾਂ ਗੁੱਡ ਫੈਟ ਐਂਡ ਬੈਡ ਫੈਟ? ਹਾਂਜੀ, ਉਹ ਸਾਰਾ ਕੁਝ ਦੇਖਣਾ ਪੈਂਦਾ ਯਾਰ। ਹਾਂਜੀ, ਅੱਛਾ, ਇੱਥੇ ਆਪਣੇ ਜਦੋਂ ਆਪਾਂ ਦੇਖਦੇ ਹਾਂ ਭਾਅ ਜੀ ਆਸਟ੍ਰੇਲੀਆ ਦੇ ਵਿੱਚ, ਤੁਸੀਂ ਵੀ ਆ ਕੇ ਮਹਿਸੂਸ ਕੀਤਾ ਹੋਏਗਾ ਜਾਂ ਪਹਿਲਾਂ ਵੀ ਹੋਰ ਕੰਟਰੀ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ ਇੰਡੀਆ ਤੋਂ ਬਾਹਰ, ਤਾਂ ਫੂਡ ਸਪਲੀਮੈਂਟਸ ਨੇ ਜਿਹੜੇ ਜਾਂ ਡਾਇਟ ਨੂੰ ਜਾਂ ਤਰੀਕਿਆਂ ਨੂੰ ਮੇਨਟੇਨ ਕਰਨਾ, ਉਹ ਕਿਤੇ ਨਾ ਕਿਤੇ ਇੱਥੇ ਸੌਖਾ ਜਾਪਦਾ। ਹਾਲਾਂਕਿ ਉਹਨਾਂ ਦਾ ਇੱਕ ਐਕਸਕਿਊਜ਼ ਜ਼ਰੂਰ ਰਹਿੰਦਾ ਕਿ ਅਸੀਂ 9-5 ਕੰਮ ਵੀ ਕਰਨਾ, ਹਾਂਜੀ, ਇੰਡੀਆ ਦੇ ਵਿੱਚ ਫੁੱਲ ਟਾਈਮ ਬੋਡੀ ਬਿਲਡਿੰਗ। ਸੋ ਕੀ ਲੱਗਦਾ ਤੁਹਾਨੂੰ ਡਿਫਰੈਂਸਿਸ ਜਿਹੜੇ ਨੇ ਇੱਥੇ ਦੇ ਮੁਕਾਬਲੇ ਇੰਡੀਆ ਦੇ ਵਿੱਚ ਕੀ ਨੇ? ਦੇਖੋ ਜੀ, ਮੇਨ ਤਾਂ ਥੋੜ੍ਹੀ ਇੰਡੀਆ ਦੇ ਵਿੱਚ ਥੋੜ੍ਹਾ ਆਪਣੇ ਕੋਲ ਚੋਇਸ ਘੱਟ ਆ ਡਾਇਟ ਨੂੰ ਲੈ ਕੇ। ਬੇਸਿਕਲੀ ਆਪਣੇ ਕੋਲ ਚਿਕਨ ਅਤੇ ਐਗਜ਼ ਹੀ ਹੈਗੇ ਨੇ ਜਿਹੜਾ ਮੇਨ ਸੋਰਸ ਆ ਪ੍ਰੋਟੀਨ ਦਾ। ਹਾਂਜੀ ਹਾਂਜੀ, ਤਾਂ ਉਹਦੇ ਨਾਲ ਹੀ ਸਟਿੱਕ ਰਹਿਣਾ ਪੈਂਦਾ ਆਪਾਂ ਨੂੰ। ਇੱਥੇ ਤੁਹਾਡੇ ਕੋਲ ਕਾਫੀ ਹੋਰ ਸੋਰਸਿਸ ਵੀ ਹੈਗੇ ਨੇ, ਥੋੜ੍ਹਾ ਸੋਰਸ ਘੱਟ ਨੇ ਬਸ ਇੰਡੀਆ 'ਚ, ਹੋਰ ਬਾਕੀ ਤਾਂ ਸਾਰਾ ਕੁਛ ਮੈਨੇਜ ਹੋ ਜਾਂਦਾ। ਬਾਕੀ ਗੱਲ ਸਪਲੀਮੈਂਟੇਸ਼ਨ ਦੀ ਆ, ਸਪਲੀਮੈਂਟਸ ਅੱਜ ਕੱਲ੍ਹ ਬਹੁਤ ਵਧੀਆ ਆ ਰਹੇ ਆ, ਇੰਡੀਆ 'ਚ ਵੀ ਬਹੁਤ ਵਧੀਆ ਆ ਰਹੇ, ਮੈਂ ਇੱਦਾਂ ਨਹੀਂ ਕਹੂੰਗਾ ਵੀ ਤੁਹਾਨੂੰ ਕੋਈ ਚੀਜ਼ ਨਹੀਂ ਮਿਲਦੀ ਉੱਥੇ। ਜਿੰਨੇ ਕੁ ਆਪਣੇ ਕੋਲ ਇੱਥੇ ਹੈਗੇ ਨੇ ਬ੍ਰਾਂਡਸ ਆਸਟ੍ਰੇਲੀਆ 'ਚ, ਉਨੇ ਹੀ ਇੰਡੀਆ ਵਿੱਚ ਵੀ ਹੈਗੇ ਨੇ। ਬਟ ਅਫੋਰਡੇਬਿਲਟੀ ਤੁਹਾਨੂੰ ਲੱਗਦਾ ਇੱਕ ਫੈਕਟਰ ਹੈਗਾ ਅਜੇ ਵੀ ਬੋਡੀ ਬਿਲਡਿੰਗ ਦੇ? ਹਾਂਜੀ ਹਾਂਜੀ, ਬਿਲਕੁਲ, ਹੈ ਨਾ, ਅਜੇ ਵੀ ਕਈ ਸਪਲੀਮੈਂਟ ਜਿਹੜੇ ਚੰਗੇ ਨੇ ਉਹ ਕਾਫੀ ਮਹਿੰਗੇ ਨੇ, ਜਿਹੜੇ ਕਿ ਜਦੋਂ ਆਪਾਂ ਜਿੱਦਾਂ ਤੁਸੀਂ ਦੱਸਿਆ ਕਿ 2007 ਤੋਂ ਲੈ ਕੇ 8 ਤੱਕ, ਜਿਹੜਾ 2007-8 ਤੋਂ ਲੈ ਕੇ 2011 ਤੱਕ ਦਾ ਜਿਹੜਾ ਤੁਹਾਡਾ ਸਫ਼ਰ ਸੀ, ਉਹਦੇ ਵਿੱਚ ਤੁਸੀਂ ਵੀ ਉਸ ਸਪਲੀਮੈਂਟ ਨੂੰ ਕਦੀ ਹੱਥ ਨਹੀਂ ਪਾਇਆ ਹੋਏਗਾ ਜਿਹੜਾ ਕਿ ਟੌਪ ਐਂਡ ਰਹੇਗਾ, ਪਰ ਉਹਦੇ ਵਿੱਚ ਗਾਈਡੈਂਸ ਬੜੀ ਜ਼ਰੂਰੀ ਹੈ। ਤਾਂ ਕਿ ਕਈ ਵਾਰੀ ਮੈਨੂੰ ਜਿੱਥੇ ਤੱਕ ਮੇਰੀ ਖੇਡ ਦੀ ਸਮਝ ਆ ਕਿ ਬਹੁਤੇ ਬੋਡੀ ਬਿਲਡਰ ਬਣਨ ਤੋਂ ਪਹਿਲਾਂ ਇੰਜਰੀ ਨਾਲ ਹੀ ਬਸ ਹੋ ਜਾਂਦੀ ਹੈ, ਸੋ ਕੀ ਕਹਿੰਦੇ ਹੋ ਇੰਜਰੀ ਕਿੰਨਾ ਕੁ ਇਫੈਕਟ ਕਰਦੀ ਹੈ ਭਾਜੀ? ਦੇਖੋ, ਕਾਫੀ ਐਥਲੀਟਸ ਥੋੜ੍ਹਾ ਅਬਿਊਜ਼ ਕਰਦੇ ਆ ਸਪਲੀਮੈਂਟਸ ਨੂੰ, ਜ਼ਿਆਦਾ ਓਵਰਡੋਜ਼ ਲੈਂਦੇ ਆ ਜਾਂ ਇੱਦਾਂ ਦਾ ਕੁਛ ਕਰਦੇ ਆ, ਮਤਲਬ ਉਹਦੇ ਨਾਲ ਇੰਜਰੀਜ਼ ਦੇ ਚਾਂਸਿਸ ਵੱਧ ਨੇ, ਵੱਧ ਹੋ ਜਾਂਦੇ ਆ। ਪ੍ਰੋਟੀਨ ਜ਼ਿਆਦਾ ਇੰਟੇਕ
ਔਰਗਨਸ 'ਤੇ ਵੀ ਇਫੈਕਟ ਪਾ ਸਕਦਾ ਪ੍ਰੋਟੀਨ, ਤਾਂ ਤੁਹਾਨੂੰ ਆਪਣੇ ਵੇਟ ਦੇ ਹਿਸਾਬ ਨਾਲ ਮੈਨੇਜਮੈਂਟ ਕਰਨੀ ਪੈਂਦੀ ਹੈ ਪੂਰੀ, ਵੀ ਤੁਹਾਨੂੰ ਕਿੰਨੇ ਪ੍ਰੋਟੀਨ ਚਾਹੀਦਾ, ਕਿੰਨਾ ਤੁਹਾਨੂੰ ਫੈਟ ਚਾਹੀਦਾ ਆ, ਕਿੰਨੇ ਤੁਹਾਨੂੰ ਕਾਰਬੋਹਾਈਡਰੇਟ ਚਾਹੀਦੇ ਆ। ਅੱਛਾ ਭਾਅ ਜੀ, ਇਹਦੇ ਵਿੱਚ ਜਦੋਂ ਤੁਸੀਂ ਔਰਗਨਸ ਦੇ ਉੱਤੇ ਇਫੈਕਟ ਹੋਣ ਦੀ ਗੱਲ ਕਰਦੇ ਹੋ, ਔਰ ਅਕਸਰ ਇਹ ਆਪਣੀ ਭਾਈਚਾਰੇ ਦੇ ਵਿੱਚ ਇਹ ਮਿੱਥ ਵੀ ਹੈ ਜਿਹੜੀ ਗਿਣੀ ਜਾਂਦੀ ਹੈ ਕਿ ਹਾਂਜੀ ਜੇ ਤੁਸੀਂ ਬੋਡੀ ਬਿਲਡਿੰਗ ਕਰਨੀ ਹੈ ਇਟਸ ਅ ਸਟੀਰਾਇਡ ਗੇਮ, ਹਾਂਜੀ ਹਾਂਜੀ, ਜਿਹੜੀ ਕਿ ਇੱਕ ਪਰਸੈਪਸ਼ਨ ਹੈ, ਇੱਕ ਕਹਿੰਦੇ ਹੀ ਹੈ ਵੀ ਕਿ ਹਰ ਦੂਸਰਾ ਤੀਸਰਾ ਬੰਦਾ ਇਹ ਕਹਿੰਦਾ ਯਾਰ ਕਿ ਸਟੀਰਾਇਡ ਤੋਂ ਬਿਨਾਂ ਨਹੀਂ ਬਣੇਗਾ। ਹਾਂਜੀ ਹਾਂਜੀ, ਅਤੇ ਹਾਲਾਂਕਿ ਤੁਹਾਡੀ ਜਿਹੜੀ ਅੰਡਰਸਟੈਂਡਿੰਗ ਆ ਉਹ ਟੋਟਲੀ ਡਿਫਰੈਂਟ ਇਹਦੇ ਵਿੱਚ ਜ਼ਰੂਰ ਹੋਏਗੀ। ਕੀ ਕਹਿੰਦੇ ਹੋ ਗੇਮ ਕਿੰਨੀ ਕੁ ਜਿਹੜੀ ਆ ਉਹ ਸਾਫ਼ ਸੁਥਰੀ ਆ, ਜਾਂ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਯੰਗਸਟਰਸ ਨੂੰ ਆ ਜਿਹੜਾ ਉਹ ਕਿਹੜੀਆਂ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਹੈ ਸਟੀਰਾਇਡ ਨੂੰ ਛੱਡ ਕੇ? ਦੇਖੋ ਜੀ, ਮੇਨ ਤਾਂ ਆਪਣੀ ਬੇਸਿਕਲੀ ਨੈਚੁਰਲ ਡਾਇਟ ਹੀ ਆ, ਤੁਸੀਂ ਆਪਣੀ ਨੈਚੁਰਲ ਡਾਇਟ ਸਹੀ ਰੱਖੋਗੇ ਤਾਂ ਤੁਹਾਨੂੰ ਓਬਵੀਅਸਲੀ ਰਿਜ਼ਲਟ 100% ਮਿਲਣਗੇ ਜੀ। ਹਾਂਜੀ ਜੀ, ਅੱਛਾ ਨੈਚੁਰਲ ਡਾਇਟ ਦੀ ਭਾਅ ਜੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਕਿਹੜੇ ਇਹੋ ਜਿਹੇ ਫੈਕਟਰਸ ਨੇ ਜਿਹਨਾਂ ਨੂੰ, ਜਿੱਦਾਂ ਤੁਸੀਂ ਚਿਕਨ ਜਾਂ ਐਗਜ਼ ਦੱਸੇ ਨੇ ਉਹ ਪ੍ਰੋਟੀਨ ਦਾ ਸੋਰਸ ਜ਼ਰੂਰ ਹੈ, ਬਟ ਜੇ ਤੁਸੀਂ 5 ਮੀਲਸ ਹੀ ਲੈਂਦੇ ਹੋ? ਹਾਂਜੀ ਹਾਂਜੀ, ਪਤਾ ਨਹੀਂ ਮੈਂ ਸਾਰਾ ਕੁਝ ਹੀ ਡਿਸਕਲੋਜ਼ ਕਰਵਾ ਲਾਂ। ਨਹੀਂ ਨਹੀਂ, ਮੈਂ ਰਿਕਮੈਂਡ ਕਰੂੰਗਾ ਜੀ, ਜਿਵੇਂ ਕਿਉਂਕਿ ਜੇ ਤੁਹਾਨੂੰ ਤੁਸੀਂ ਬੋਡੀ ਬਿਲਡਿੰਗ ਕਰਨਾ ਚਾਹੁੰਦੇ ਹੋ ਜਾਂ ਫਿੱਟ ਰਹਿਣਾ ਚਾਹੁੰਦੇ ਹੋ, ਮਸਲ ਬਿਲਡ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਥੋੜ੍ਹਾ ਕੁਆਂਟਿਟੀ ਥੋੜ੍ਹੀ ਰੱਖਣੀ ਪੈਣੀ ਹੈ, ਪਰ ਥੋੜ੍ਹੇ ਥੋੜ੍ਹੇ ਟਾਈਮ ਬਾਅਦ ਖਾਣਾ ਪੈਣਾ ਆ। ਹਾਂਜੀ, ਉਹ ਤਾਂ ਹੀ ਇਫੈਕਟ ਹੋਏਗਾ, ਤਾਂ ਹੀ ਬੈਟਰ ਐਬਜ਼ੋਰਪਸ਼ਨ ਹੋਏਗੀ ਪ੍ਰੋਟੀਨ ਦੀ ਸਾਰੀਆਂ ਚੀਜ਼ਾਂ ਦੀ। ਹਾਂਜੀ, ਅਤੇ ਭਾਅ ਜੀ ਜਿੱਦਾਂ ਹੁਣ ਤੁਸੀਂ 5 ਮੀਲਸ ਦਾ ਇਹ ਨਹੀਂ ਹੈਗਾ ਵੀ 5 ਮੀਲ ਵੱਡੀਆਂ ਵੱਡੀਆਂ ਖਾ ਰਿਹਾ ਬੰਦਾ, ਪਤਾ ਲੱਗੇ ਕੁਆਂਟਿਟੀ ਘੱਟ ਰੱਖਣੀ ਹੈ ਪਰ ਥੋੜ੍ਹਾ ਟਾਈਮ ਬਾਅਦ ਖਾ ਰਿਹਾ, ਪਤਾ ਲੱਗੇ ਪ੍ਰੋਟੀਨ ਸਾਰਾ 6 ਪੈਕ ਜਿਹੜਾ 1 ਪੈਕ ਹੀ ਬਣਿਆ ਹੋਇਆ। ਬਿਲਕੁਲ ਜੀ, ਬਿਲਕੁਲ। ਅੱਛਾ ਭਾਅ ਜੀ, ਗੇਮ ਦੀ ਆਪਾਂ ਗੱਲ ਕਰਦੇ ਹਾਂ, ਗੇਮ ਦੇ ਵਿੱਚ ਨਾਲ ਨਾਲ ਜਿਹੜੀ ਫਿਟਨੈਸ ਵੀ ਆਉਂਦੀ ਆ, ਗੇਮ ਦੇ ਨਾਲ ਨਾਲ ਕਾਫੀ ਇੱਥੇ ਜਿਹੜੇ ਆਪਣੇ ਬੋਡੀ ਬਿਲਡਰਸ ਹੈਗੇ ਨੇ ਉਹਨਾਂ ਨੂੰ ਗਾਣਿਆਂ ਦੇ ਵਿੱਚ ਜਾਂ ਫਿਲਮਾਂ ਦੇ ਵਿੱਚ ਵੀ ਮੌਕੇ ਮਿਲਦੇ ਨੇ, ਤੁਹਾਡੇ ਵੱਲ ਆਇਆ ਕੋਈ ਮੁੱਛਾਂ ਦੇ? ਇੱਕਦਮ ਮੈਨੂੰ ਲੱਗਦਾ ਪੰਜਾਬੀ ਫਿਲਮਾਂ ਦੀ ਐਂਟਰੀ ਤਾਂ ਪੱਕੀ ਆ। ਹਾਂਜੀ ਹਾਂਜੀ, ਮੈਨੂੰ ਆਫਰ ਇੱਕ ਦੋ ਆਏ ਸੀਗੇ ਅਤੇ ਮੈਂ ਸੋਚ ਰਿਹਾ ਉਸ ਬਾਰੇ ਵੀ ਕਰਾਂ। ਅੱਛਾ, ਹਾਂਜੀ ਹਾਂਜੀ, ਪੰਜਾਬੀ ਫਿਲਮਾਂ 'ਚ ਹੀ ਹੈ? ਹਾਂਜੀ ਹਾਂਜੀ, ਸੌਂਗਸ ਦੇ ਆਫਰ ਆਏ ਸੀਗੇ ਇੱਕ ਦੋ। ਅੱਛਾ ਜੀ, ਹਾਂਜੀ, ਕਿਆ ਬਾਤ ਹੈ, ਫਿਰ ਤਾਂ ਬ੍ਰੇਕਿੰਗ ਨਿਊਜ਼ ਹੋ ਗਈ ਸਾਡੇ ਲਈ। ਸੋ ਇਸ ਦੇ ਨਾਲ ਨਾਲ ਭਾਅ ਜੀ, ਜੇ ਆਪਾਂ ਗੇਮ ਦੀ ਹੀ ਸਪੈਸੀਫਿਕਲੀ ਗੱਲ ਕਰ ਲਈਏ, ਜਦੋਂ ਹੁਣ ਆਪਾਂ ਕਿਉਂਕਿ ਜਿਸ ਤਰ੍ਹਾਂ ਤੁਸੀਂ ਜਰਨੀ ਸਟਾਰਟ ਕੀਤੀ ਹੈ 2011 ਤੋਂ ਲੈ ਕੇ 2019 ਤੱਕ, ਦੋ ਵਾਰ ਅਰਨੋਲਡ ਕਲਾਸਿਕ ਦੇ ਵਿੱਚ ਤੁਸੀਂ ਮੈਡਲਿਸਟ ਹੋ, ਅੱਗੇ ਕੀ ਸੋਚਦੇ ਹੋ ਤੁਸੀਂ ਆਪਣੀ ਜਰਨੀ ਨੂੰ ਲੈ ਕੇ? ਅਰਨੋਲਡ ਕਲਾਸਿਕ ਇੱਕ ਇਹੋ ਜਿਹਾ ਕੰਪੀਟੀਸ਼ਨ ਹੈ ਜਿੱਥੇ ਤੁਸੀਂ ਆਲਰੇਡੀ ਵਿਨਰਸ ਦੇ ਵਿੱਚ ਟਿਕ ਬਾਕਸ ਕਰ ਦਿੱਤਾ। ਹਾਂਜੀ, ਅੱਗੇ ਕੀ ਆ? ਅੱਗੇ ਇਹੀ ਹੈ ਜੀ, ਆਪਣਾ ਮੈਂ ਮਤਲਬ ਓਲੰਪੀਅਨ ਸਟੇਜ 'ਤੇ ਇੱਕ ਵਾਰ ਜਾਣਾ ਜ਼ਰੂਰ ਚਾਹਾਂਗਾ, ਜਿਹੜਾ ਸਭ ਤੋਂ ਵੱਡਾ ਹੁੰਦਾ ਹੈ, ਜਿਹੜਾ ਕਿ ਹਰ ਸਾਲ USA ਵੇਗਸ 'ਚ ਹੁੰਦਾ ਹੈ ਸਪਟੈਂਬਰ ਦੇ ਵਿੱਚ, ਅਤੇ ਮੈਂ ਉਹ ਸਟੇਜ 'ਤੇ। ਅਤੇ ਕੀ ਹੈਗਾ ਉਹਦਾ ਐਂਟਰੀ ਪ੍ਰੋਸੈਸ ਭਾਅ ਜੀ? ਉਹਦਾ ਐਂਟਰੀ ਪ੍ਰੋਸੈਸ ਇਹ ਆ ਵੀ ਪਹਿਲਾਂ ਤੁਹਾਨੂੰ ਇੱਥੇ ਮਤਲਬ ਆਰਨੋ ਕਲਾਸਿਕ ਵਿਨ ਕਰਨਾ ਪਏਗਾ, ਪ੍ਰੋ ਕਾਰਡ ਜਿੱਤਣਾ ਪਏਗਾ। ਅੱਛਾ, ਉਸ ਤੋਂ ਬਾਅਦ ਕੁਛ ਹੋਰ ਕੰਪੀਟੀਸ਼ਨਸ ਹੁੰਦੇ ਆ ਪ੍ਰੋ ਲੈਵਲ ਦੇ, ਉਹ ਤੁਹਾਨੂੰ ਵਿਨ ਕਰਨੇ ਪੈਂਦੇ ਆ, ਦੈਨ ਯੂ ਆਰ ਐਲੀਜੀਬਲ ਫੋਰ ਓਲੰਪੀਅਨ ਸਟੇਜ। ਮਤਲਬ ਇੱਕ ਇੱਕ ਕੰਪੀਟੀਸ਼ਨ ਨੂੰ ਜਿੱਤਣ ਤੋਂ ਜਿੱਤਣ ਦੇ ਨਾਲ ਹੀ ਨਹੀਂ ਤੁਸੀਂ ਓਲੰਪੀਆ ਦੇ ਵਿੱਚ ਜਾ ਸਕਦੇ? ਬਿਲਕੁਲ ਜੀ, ਬਿਲਕੁਲ, ਇਟਸ ਅ ਲੌਂਗ ਪ੍ਰੋਸੈਸ। ਇਟਸ ਅ ਲੌਂਗ ਪ੍ਰੋਸੈਸ, ਸੋ ਠੀਕ ਹੈ। ਅੱਛਾ ਭਾਅ ਜੀ, ਉਹਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ ਓਲੰਪੀਆ ਦੇ, ਤੁਸੀਂ ਕੰਪੀਟੀਸ਼ਨ ਨੂੰ ਕੰਟੀਨਿਊਸਲੀ ਆਪਣੀ ਗੇਮ ਨੂੰ ਓਬਜ਼ਰਵ ਵੀ ਕੀਤਾ ਹੋਏਗਾ ਓਵਰਆਲ, ਕਿੰਨਾ ਕੁ ਤੁਹਾਨੂੰ ਲੱਗਦਾ ਵੇਅਰ ਯੂ ਆਰ ਤੁਸੀਂ ਇਸ ਵੇਲੇ ਕਿੱਥੇ ਹੋ, ਤਾਂ ਓਲੰਪੀਆ ਲੈਵਲ ਦੇ ਜਿਹੜੇ ਬੋਡੀ ਬਿਲਡਰਸ ਨੇ ਉੱਥੋਂ ਤੱਕ ਗੇਨ ਕਰਨ ਵਾਸਤੇ ਕਿਹੜੇ ਕਿਹੜੇ ਹੋਰ ਤੁਹਾਨੂੰ ਚੀਜ਼ਾਂ ਨੂੰ ਲੁੱਕ ਆਫਟਰ ਕਰਨੀ ਪਏਗੀ? ਦੇਖੋ ਜੀ, ਮੈਂ ਹਰ ਸਾਲ ਆਪਣੀ ਬੋਡੀ 'ਚ ਕਾਫੀ ਚੇਂਜਿਸ ਤਾਂ ਮਹਿਸੂਸ ਕਰ ਰਿਹਾ ਹਾਂ, ਮੈਂ ਮਤਲਬ ਜਿਹੜੀ ਮੇਰੀ ਸਪੀਡ ਆ ਉਹ ਮੈਂ ਸੈਟਿਸਫਾਈ ਆ ਉਹਦੇ ਨਾਲ, ਬਟ ਓਲੰਪੀਆ ਤੱਕ ਜਾਣ ਲਈ ਸਟਿਲ ਮੈਨੂੰ ਕਾਫੀ ਮਿਹਨਤ ਕਰਨੀ ਪੈਣੀ ਹਾਲੇ। ਹਾਂਜੀ, ਅਤੇ ਕਿਹੜੇ ਇਹੋ ਜਿਹੇ ਫੈਕਟਰਸ ਨੇ ਜਿਹਨੂੰ ਤੁਸੀਂ ਕੰਸਿਡਰ ਕਰਦੇ ਹੋ? ਸੇ ਫੋਰ ਐਗਜ਼ਾਮਪਲ, ਓਕੇ ਮੈਂ ਹੋ ਸਕਦਾ ਕਿ ਮੈਂ ਆਪਣੇ ਚੈਸਟ 'ਤੇ ਵਰਕਆਊਟ ਕਰਾਂ ਜਾਂ ਥਾਈਜ਼ 'ਤੇ ਕਰਾਂ, ਮਸਲਸ ਦੇ ਪੱਖੋਂ ਇਹ ਇੱਕ ਚੀਜ਼ ਹੋ ਗਈ। ਸੈਕਿੰਡ 'ਚ ਤੁਸੀਂ ਇਹ ਸੋਚ ਸਕਦੇ ਹੋ ਕਿ ਹਾਂ ਮੈਂ ਸਾਲ ਦੇ ਵਿੱਚ ਦੋ ਕੰਪੀਟੀਸ਼ਨ ਕਰਨੇ ਆ। ਕਈ ਵਾਰੀ ਇਹ ਵੀ ਬੜੀ ਬੋਡੀ ਬਿਲਡਰਸ ਵਾਸਤੇ ਇੱਕ ਵੱਡਾ ਚੈਲੰਜ ਹੋ ਜਾਂਦਾ ਕਿ ਕੰਪੀਟੀਸ਼ਨ 4 ਹੁੰਦੇ ਆ ਔਰ 4 ਲਾਈਨਡ ਅਪ ਹੁੰਦੇ ਆ ਅਗਲੇ 4 ਮਹੀਨਿਆਂ ਦੇ ਵਿੱਚ। ਹਾਂਜੀ, ਸੋ ਉਹ ਇੱਕ ਜਿਹੜਾ ਜਿਸ ਤਰ੍ਹਾਂ ਤੁਸੀਂ ਦੱਸਿਆ ਇੱਕ ਤੋਂ ਬਾਅਦ ਇੱਕ ਪ੍ਰੋ ਕਾਰਡ ਨੇ ਜਿਹੜੇ ਤੁਹਾਨੂੰ ਲੈਣੇ ਪੈਣਗੇ, ਕਿਹੜੇ ਇਹੋ ਜਿਹੇ ਫੈਕਟਰ ਨੇ ਜਿਨ੍ਹਾਂ 'ਤੇ ਤੁਹਾਨੂੰ ਲੱਗਦਾ ਕਿ ਵਰਕਆਊਟ ਕਰਨਾ ਜ਼ਰੂਰੀ ਹੈ? ਦੇਖੋ ਜੀ, ਮੈਂ ਆਪਣੀ ਬੋਡੀ ਦੇ ਮੈਂ ਦੱਸਾਂ, ਮੈਂ ਥੋੜ੍ਹਾ ਜਿਹਾ ਲੈਗਸ, ਮੇਰੀਆਂ ਲੈਗ ਮਸਲ ਥੋੜ੍ਹਾ ਬਿਹਾਈਂਡ ਆ ਜੀ ਬਾਕੀ ਬੋਡੀ ਦੇ ਹਿਸਾਬ ਨਾਲ, ਮੈਂ ਉਹਦੇ 'ਤੇ ਹੀ ਵਰਕ ਕਰ ਰਿਹਾ ਅਤੇ ਮੈਂ ਇਸ ਸਾਲ ਬਹੁਤ ਵਧੀਆ ਮਤਲਬ ਬਹੁਤ ਜ਼ਿਆਦਾ ਇੰਪਰੂਵ ਕਰਕੇ ਆਇਆ ਅਤੇ ਆਈ ਐਮ ਰੀਅਲੀ ਸੈਟਿਸਫਾਈਡ ਅਬਾਊਟ ਇਟ। ਓਕੇ, ਹਾਂਜੀ, ਔਰ ਇਸ ਦੇ ਨਾਲ ਨਾਲ ਭਾਅ ਜੀ ਤੁਹਾਨੂੰ ਅਸੀਂ ਮੁਬਾਰਕਬਾਦ ਇੱਕ ਵਾਰੀ ਫਿਰ ਤੋਂ ਦਿੰਦੇ ਹਾਂ, ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿਰਤ ਬਾਈ ਜੀ ਕਿ ਤੁਸੀਂ ਇਸੇ ਤਰ੍ਹਾਂ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰੋ। ਆਉਣ ਵਾਲੇ ਵਰ੍ਹੇ ਦੇ ਵਿੱਚ ਇੱਕ ਵਾਰੀ ਫਿਰ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਆਰਨਲ ਕਲਾਸਿਕ ਦੇ ਵਿੱਚ ਵਾਪਸ ਤੁਹਾਡੇ ਤਗਮੇ ਦਾ ਰੰਗ ਹੈ ਜਿਹੜਾ ਉਹ ਅਸੀਂ ਸਿਲਵਰ ਤੋਂ ਗੋਲਡ ਹੁੰਦਾ ਦੇਖੀਏ। ਥੈਂਕ ਯੂ ਜੀ, ਔਰ ਇਸੇ ਆਸ ਦੇ ਨਾਲ ਇਹ ਵੀ ਉਮੀਦ ਕਰਦੇ ਹਾਂ ਕਿ ਆਪਣੀ